हाँ ये सारा हमारा पास आ गया। क्या? हाँ ये नहीं हो के यहाँ सारा सफेद है ना, यहाँ सारा सफेद है। आ जाओ भाई,
Yeah. नहीं पेट साफ नहीं की हुई करता है السلام علیکم السلام علیکم رمضان نہیں ہے رمضان کدھر ہے او انہاں نوں دس او سدو ذرا سدو سدو جو بھی ناغا ہے سفیدے کے ناغا پورے باجرا لگا ہوا ہے चलो आगे आ जाओ السلام کی حال ہے رمضان خیر ہے کی لا رہے ہو تے کیو سفیدہ لا رہے چلو میں کیا ذرا چکر اچھا اے تسی جنتے جی جنتے روٹوویٹ کرنا ہے نو اچھا آئے وہ چکر لاوی ایک تے کی پروگریس ہے ناغے آ رہے ہیں ਅੱਛਾ ਇਹ ਵਾਲੇ ਨਵੇਂ ਪੌਦੇ ਅਤੇ ਪਲਾਸਟਿਕ ਦੇ ਬਹਿ ਗਏ ਜੀ ਖਰਾਬ ਹੋਏ ਖਰਾਬ ਹੋ ਗਏ ਇਹ ਵੀ ਨਾ ਹੋਵੇ ਨਾ ਗਏ ਚੱਲ ਪੋ ਸੀ ਤਬਦੀਲ ਕਰਨਾ
ਤੇ ਕਿੰਨੇ ਪੌਦੇ ਆਏ ਨਏ ਨਏ ਕਿੰਨੇ ਪੌਦੇ ਆਏ ਨਏ ਪੌਦੇ ਹਜ਼ਾਰ ਪੌਦਾ ਆਏ ਹਜ਼ਾਰ ਪੌਦਾ ਆਏ ਕਿੰਨਾ ਇਸਤੇਮਾਲ ਹੋ ਗਿਆ ਕਿੰਨੇ ਪੌਦੇ ਅੱਛਾ ਨਹੀਂ ਅੱਧੇ ਇਸਤੇਮਾਲ ਹੋ ਗਏ ਜੀ ਅੱਛਾ ਤਾਂ ਟੋਟਲ ਕਿੰਨੇ ਸ਼ੋਪਰ ਸੇ ਵੀਹ ਅੱਛਾ ਇਹ ਵੀ ਮੇਰੇ ਖਿਆਲ ਮਖਾ ਇਹ ਵੀ ਖਤਮ ਹੈ ਇਹ ਵੱਡੀ ਬੂਟੀਆਂ ਆ ਇਹਨਾਂ ਬੂਟੀਆਂ ਨੂੰ ਕੱਢੋ ਹੈ ਨਾ ਨਾਲ ਨਾਲ ਕੱਢ ਦਿੰਦੇ ਹੋ ਅੱਛਾ ਇਹ ਵਾਲਾ ਸਾਰਾ ਪਾਸਾ ਨਵਾਂ ਲਾਇਆ ਪੂਰਾ ਨਵਾਂ ਲਾਇਆ ਜਾਂ ਨਾਗੇ ਲਾਇਆ ਹਾਂ ਅੱਛਾ ਅੱਛਾ ਇਹ ਵਾਲਾ ਨਵਾਂ ਪਾਸ ਬਣਿਆ ਇਹ ਦੁਬਾਰਾ ਬਣਿਆ ਇਹ ਵਾਲਾ ਸਾਰਾ ਏਰੀਆ ਨਵਾਂ ਸਫਾਇਦ ਲੱਗ ਰਿਹਾ ਨਾ ਪਾਣੀ ਨਹੀਂ ਚਲਾਇਆ ਕਿੰਨੇ ਵਜੇ ਬੰਦ ਕਰ ਦਿਓ ਚਾਰ ਸਵਾ ਚਾਰ ਵਜੇ ਅੱਛਾ ਪਹਿਲੇ ਅੱਛਾ ਅਤੇ ਹੁਣ ਅੱਧੇ ਘੰਟੇ ਦਾ ਫਰਕ ਪੈ ਗਿਆ ਅੱਛਾ ਇਹ ਪੁਰਾਣੇ ਵਾਲੇ ਲੱਗੇ ਹੁਣ ਅੱਛਾ ਇਹਨਾਂ ਨੂੰ ਤਾਂ ਚਾਰ ਪੰਜ ਮਹੀਨੇ ਹੋ ਗਏ ਪੁਰਾਣੇ ਤੇ ਉਹ ਦਿਹਾੜੀ ਵਾਲੇ ਬੰਦੇ ਦਿਹਾੜੀ ਵਾਲਾ ਡੇਲੀ ਆ ਰਿਹਾ ਕੱਲ ਹੀ ਆਇਆ ਅੱਜ ਹੀ ਆਇਆ ਅੱਜ ਪਹਿਲਾ ਦਿਨ ਤੇ ਹੁਣ ਰੋਜ਼ ਆ ਸੀ ਕੰਮ ਦੀ ਰੂਟੀਨ ਉਸਨੇ ਕੰਮ ਦੀ ਰੂਟੀਨ ਦੇ ਵਾਸਤੇ ਸਹੀ ਹੈ ਤੇ ਕਿੰਨਾ ਕੋਈ ਕੰਮ ਰਹਿ ਗਿਆ ਇਹਨਾਂ ਦਾ ਟਾਈਮ ਟਾਈਮ ਕਿੱਦਣ ਕਦਨ ਤੱਕ ਹੈ ਪੰਜ ਵਜੇ ਤੱਕ ਸਾਢੇ ਸੱਤ ਆਉਂਦੇ ਨੇ ਅਤੇ ਪੰਜ ਵਜੇ ਛੁੱਟੀ ਸਹੀ ਹੈ ਅਤੇ ਉਸ ਉਸ ਦਾ ਪਾਸੇ ਵੀ ਇੱਕ ਚੱਕਰ ਲਾ ਲਵੇ ਅਤੇ ਹੁਣ ਤਾਂ ਕੁਝ ਬਿਹਤਰੀ ਲੱਗ ਰਹੀ ਹੈ ਮੈਨੂੰ ਪਿਛਲੀ ਵਾਰੀ ਤਾਂ ਹਾਲਾਤ ਜ਼ਿਆਦਾ ਖਰਾਬ ਸਨ ਅੱਛਾ ਅੱਛਾ ਮਾਸ਼ਾ ਅੱਲਾ ਚਲੋ ਗੁੱਡ ਹੋ ਗਿਆ ਸਵੇਰੇ ਉੱਠਦੇ ਹਾਂ ਤੇ ਨਾ ਦੀ ਖਾਤਰ ਲੱਗੇ ਰਹਿੰਦੇ ਅੱਛਾ ਤੇ ਕਿੰਨੇ ਦਿਨਾਂ ਬਾਅਦ ਬਾਰੀ ਆਉਂਦੀ ਹੈ ਚਾਰ ਦਿਨਾਂ ਬਾਅਦ ਅੱਛਾ ਤੇ ਉੱਤੇ ਕੀ ਪੋਜੀਸ਼ਨ ਹੈ ਸਾਰਾ ਨਾ ਦਰਮਿਆਨ ਇਸ ਨਹੀਂ ਆ ਰਿਹਾ ਬਾਜਰਾ ਲਾਏ ਨਹੀਂ ਕਿ ਆ ਨਹੀਂ ਰਿਹਾ ਜਰਮੀਨੇਸ਼ਨ ਹੀ ਸਹੀ ਨਹੀਂ ਹੋਈ ਸਵੇਰੇ ਆਇਆ ਨਹੀਂ ਸੀ ਆਏ ਸੀ ਨਾ ਹਾਂ ਬੱਚਿਆਂ ਨਾਲ ਆਇਆ ਸੀ ਨਾ ਤੇ ਫਿਰ ਉਹ ਕਮਰਾ ਬਣਾ ਰਹੇ ਹੋ ਬੱਕਰਿਆਂ ਵਾਸਤੇ ਬਸ ਬਣਾਓ 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 ਉਹ ਤਾਂ ਤੁਹਾਡੇ ਬੱਕਰੇ ਆ ਗਏ ਤੁਹਾਡੇ ਬੱਕਰੇ ਆ ਗਏ ਹਾਂ ਹਾਂ
ਬਸ ਉਹ ਕਦੋਂ ਆ ਰਹੀਆਂ? ਉਹ ਵੀ ਆਵੇ ਸਰ, ਚੜ੍ਹਣ ਗਈ ਆ। ਅੱਛਾ, ਤੇ ਚਾਰਾ ਤਾਂ ਵਾਧੂ ਆ ਸਾਡੇ ਕੋਲ। ਚਾਰਾ ਤਾਂ ਵਾਧੂ ਨਹੀਂ ਹੈ ਸਾਡੇ ਕੋਲ, ਰੋਡ ਗ੍ਰਾਸ, ਰੋਡ ਗ੍ਰਾਸ ਆ ਗਿਆ, ਰੋਡ ਗ੍ਰਾਸ ਹਾਂ ਆ ਗਿਆ। ਉਹ ਅੱਛਾ, ਉਹ ਉੱਥੇ ਬੋਲ ਗਿਆ, ਮਗਰ ਲੂਸਨ ਸ਼ੂਸਨ ਤਾਂ ਲਿਆ ਹੈ ਨਾ, ਉਹ ਤਾਂ ਲਾ ਜਾ ਛੱਡੋ ਨਾ। ਹਾਂ ਉਹ ਆ ਗਿਆ, ਉਹ ਆ ਗਿਆ, ਅਤੇ ਜਿਹੜਾ ਰੋਡ ਗ੍ਰਾਸ ਰਹਿ ਗਿਆ ਉਹ ਵੀ ਆ ਜਾ ਸੀ। ਆ ਜਾਓ ਇਹ ਟਾਂਚਾ, ਕੀਕਰ, ਇਹ ਕੀਕਰ ਲਾਇਆ ਨਾ, ਆ ਜਾਓ ਇਹ ਤਰਿਆਵਾਂ ਵਿੱਚ ਲਾਈਏ, ਚਾਰ ਵਿੱਚ ਕੀਕਰ ਲਾਇਆ, ਅਤੇ ਹੋਰ ਜਿਹੜਾ ਦੋ ਏਕੜ ਲਾਇਆ ਕੀਕਰ ਉਹ ਕਿੱਥੇ? ਹਾਂ ਉੱਥੇ ਤਾਂ ਦੋ ਏਕੜ ਲਾਇਆ ਨਾ, ਇੱਥੇ ਤਾਂ ਇਹੋ ਲਾਇਆ, ਸੱਤੇ ਦੀ ਚਾਰ ਲੈਣਾ, ਇੱਕ ਦੋ ਤਿੰਨ ਚਾਰ, ਕਿੰਨੇ ਕੋਈ ਪੌਦੇ ਨੇ? ਪਤਾ ਨਹੀਂ ਗਿਣੇ ਨਹੀਂ, ਤਕਰੀਬਨ ਦਸ ਦਸ ਫਿੱਟ 'ਤੇ ਨਾ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਚਾਲੀ ਪੰਜਾਹ ਪੌਦੇ ਉਸ ਸਮੇਂ ਉੱਥੇ। ਚਲੋ ਆ ਜਾਓ ਇੱਕ ਏਕੜ, ਰਮਜ਼ਾਨ ਰਮਜ਼ਾਨ ਜਾਂ ਨਮਾਜ਼ ਹੈ ਤੁਹਾਡੇ ਕੋਲ? ਨਮਾਜ਼ ਪੜ੍ਹਨੀ ਹੈ, ਪੜ੍ਹਾ ਸਕੋ? ਇਹ ਵੇਖੋ ਇਹ ਖਰਾਬ ਹੈ ਨਾਗਾ, ਦੇਖੋ ਰਮਜ਼ਾਨ, ਇਹ ਵੇਖੋ ਇਹ ਨਾਗਾ ਮੰਗਾ ਲਓ, ਉੱਥੇ ਪਏ ਹੋਏ ਨੇ, ਉੱਥੇ ਉੱਥੇ ਵਾਧੂ ਪਏ ਨੇ। ਜ਼ਮੀਰ ਭਾਈ ਨੂੰ ਦੱਸੋ ਨਾ। ਅੱਛਾ ਹੁਣ ਨਾਵੇ ਤਾਂ ਕੋਈ ਨਹੀਂ ਹੈ ਨਾ, ਉੱਥੇ ਕੁਛ ਕੁਛ ਨਾਵੇ ਤਾਂ ਹੈ ਸਫੈਦੇ 'ਤੇ। ਹਾਂ ਕੀਤੀ ਆ, ਇਹ ਕੀ ਕਰੇ ਸਾਰਾ ਸਫੈਦਾ ਉੱਪਰ ਆਪਣੇ ਦੇਖਿਆ ਨਾ, ਇਹ ਇੱਧਰ ਉੱਪਰ ਲਗਾ ਹੋਇਆ, ਉਹ ਸਾਹਮਣੇ ਉਹ ਸਫੈਦਾ ਲੱਗ ਰਿਹਾ, ਉੱਪਰ ਵੀ ਸਫੈਦਾ ਲਗਾ, ਉਹ ਸਾਰਾ ਸਫੈਦਾ ਲਗਾ ਹੋਇਆ, ਇਸ ਪਰ ਸਫੈਦਾ ਜ਼ਿਆਦਾ। ਅੱਛਾ ਹਾਂ ਬਹੁਤਰ ਹੈ, ਇਸਦਾ ਵੀ ਹਾਲ ਖਰਾਬ ਲੱਗ ਰਿਹਾ ਸਾਡੇ ਤਾਂ ਵੀ। ਹਾਂ ਜਿਹੜੇ ਨਾਗੇ ਪੂਰੇ ਕਰੋ, ਇਹ ਵੇਖੋ ਇਹ ਵੀ, ਇਹ ਮਰਿਆ ਤਾਂ ਨਹੀਂ ਪਰ ਮਰ ਰਿਹਾ। ਦੀਮਕ ਹਾਂ ਉਹੀ ਹੈ, ਇਹ ਵੇਖੋ ਇਹਨੂੰ ਵੀ,
ਹਾਂ ਇਹ ਬੂਟੀਆਂ ਵੀ ਕੱਟਦੇ ਜੋ ਨਾਲ ਨਾਲ ਅੱਛਾ ਬੂਟੇ ਨਹੀਂ ਲਾਏ ਤੁਸੀਂ ਰਮਜ਼ਾਨ ਬੂਟੇ ਨਹੀਂ ਲਾਏ ਮੈਂ ਤੁਹਾਨੂੰ ਕਿਹਾ ਸੀ ਬੂਟੇ ਲਾਓ ਲਵਾ ਛੱਡੋ ਹਾਂ ਹਾਂ ਅੱਛਾ ਮੈਂ ਉਹਨਾਂ ਨੂੰ ਬੋਲਣਾ ਅਤੇ ਉਹ ਇੱਥੇ ਬਣਾ ਸੋ ਬੱਕਰਿਆਂ ਦਾ ਹਾਂ ਇਹ ਹੀ ਮੇਰੇ ਖਿਆਲ ਵਿੱਚ ਜਗ੍ਹਾ ਬਿਹਤਰ ਲੱਗ ਰਹੀ ਆ ਹਾਂ ਮਕਾਨ ਜਿਹੜੇ ਪਾਉਣਾ ਹੋਇਆ ਤਾਂ ਉੱਥੇ ਪਾ ਸਕੀ ਤੁਹਾਨੂੰ ਇਹਦੀ ਜਗ੍ਹਾ ਮੈਨੂੰ ਬਿਹਤਰ ਲੱਗ ਰਹੀ ਮਗਰ ਸ਼ੁਮਾਲ ਜਨੂਬ ਦਾ ਹਿਸਾਬ ਕਿਤਾਬ ਵੀ ਦੇਖਣਾ ਮੈਨੂੰ ਕੋਈ ਜਾਨਮਾਜ ਅਤੇ ਤੁਹਾਡਾ ਅਤੇ ਤਕਰੀਬਨ 10 ਵਜੇ ਤੱਕ ਪਹੁੰਚੇਗਾ ਹੈ ਨਾ ਆਪ ਪਹਿਲੇ ਹਮਨੇ ਬਹੁਤ ਬੋਲ ਦੀ ਆਪਕੋ ਸਵਾਲ ਹੀ ਨਹੀਂ ਪੈਦਾ ਹੁੰਦਾ ਸਫੈਦੇ ਠੀਕ ਹੈ ਅਗਲੇ ਪਲੋਟ ਵਾਲੇ ਇਹ ਤੇ ਬਹੁਤ ਕਲੋਜ਼ ਲੱਗੇ ਹੋਏ ਇਹ ਤੇ ਬਹੁਤ ਕਲੋਜ਼ ਲੱਗੇ ਹੋਏ ਅਤੇ ਫਾਸਲਾ ਹੀ ਕੋਈ ਨਹੀਂ ਇਹਨਾਂ ਦੇ ਵਿੱਚ ਤਾਂ ਸਹੀ ਦਿਨ ਗਰਮ ਹੈ ਰਾਤ ਠੰਡੀ ਹੈ ਇਸਮੇ ਚਲੋ ਆਸਾਨ ਹੈ ਚੱਲਣਾ ਇਸਕੇ ਅੰਦਰ ਚਲੋ
ਕਰਕੇ ਚੱਲਣਾ ਮੁਸ਼ਕਿਲ ਹੈ। ਉਹ ਦੇਖੋ ਗੋਲਡਨ ਹਾਰ ਚੱਲ ਰਿਹਾ। ਪਾਈਪ ਹੈ ਨਹੀਂ ਸਾਡੇ ਕੋਲ। ਇਹ ਉਸ ਤੋਂ ਲੈ ਕੇ ਇੱਥੋਂ ਤੱਕ ਇਹਦਾ ਨਹਿਰ ਹੋ ਗਿਆ।